ਪਿੰਡ ਘੇਰੇ ਦੇ ਵਿੱਚ ਦੁਨੀਆ ਜੇ ਲਾ ਕੇ ਘੇਰੇ ਦੇ ਵਿੱਚ ਆਦੋ ਰਾਜੂ ਪਹਿਲਵਾਨ ਰਾਈਏ ਬਾਹਰ ਬਾਹਰ ਦੇ ਨੌਜਵਾਨ ਪਹਿਲਵਾਨ ਕਮਲਜੀਤ ਟੁੰਛੜੀ ਜੀ ਜਾਦੀ ਨਾਲ ਸਾਰੇ ਬਾਜਾਂ ਦੇ ਵਿੱਚ ਸੋ ਆ ਕੁਸ਼ਤੀ ਜਿਹੜੀ ਸਾਹਮਣੇ ਚੱਲਦੀ ਹੈ ਮੈਦਾਨ ਦੇ ਵਿੱਚ ਕਹਿੰਦੀ ਵੀ ਅੱਜ ਦੇ ਸਮੇਂ ਦੇ ਵਿੱਚ ਰਾਜੂ ਦੀ ਫੁੱਲੇ ਦਵਾਉਣਾ ਜੰਗਲਾਂ ਦੇ ਵਿੱਚ ਆ ਮਨ ਜਿਹੜਾ ਜਿਸ ਨੌਜਵਾਨ ਦੇ ਗੋਡਿਆਂ ਉੱਪਰ ਨੀਕਾ ਵਿਚਾਰਿਆ ਹੈਰੀ ਪਹਿਲਵਾਨ ਜਿਹੜਾ ਤਿਆਰ ਕੀਤਾ ਪਹਿਲਵਾਨ ਹੈ ਪਰ ਦੂਸਰੇ ਪਾਸੇ ਵੀ ਹਰਿਆਣਾ ਪੁਲਿਸ ਦਾ ਜਵਾਨ ਹੈ ਸੱਜਣ ਪਹਿਲਵਾਨ ਦੇ ਦਰਮਿਆਨ ਦੇਖਦੇ ਕੌਣ ਜਿੱਤਦਾ ਕੌਣ ਹਰਦਾ ਇਹ ਸਮੇਂ ਦੀ ਬਾਤ ਹੋਣੀ ਹੈ ਕਹਿੰਦਾ ਸੁੱਖੀ ਲੋਕੋ ਜਿੰਨਾ ਚਿਰ ਬਾਹ ਕਿਤੇ ਪੈਂਦਾ ਨੀ ਉਹ ਗੁਣਾ ਬਾਦਲ ਚੇਲਾ ਗੁਰੂ ਕਿਤੇ ਕਹਿੰਦਾ ਨੀ ਚਾਰੇ ਪਾਸੇ ਚਮਕੇ ਜੋ ਪੜ ਕੇ ਕੁੰਦਨ ਮਿਹਨਤਾਂ ਦੀ ਪੱਟੀ ਚ ਸਰੀਰ ਪੈਂਦਾ ਝੋਕੜਾ ਉਹ ਕਿੱਦੜਾ ਤਾਂ ਹੁੰਦਾ ਨੀ ਸ਼ਿਕਾਰ ਕਦੇ ਸ਼ੇਰ ਦਾ ਸੌਖਾ ਨਹੀਂ ਹੁੰਦਾ ਰਾਹ ਸਮੁੰਦਰਾਂ ਦਾ ਰੋਕਣਾ ਉਹ ਕਿੱਦੜਾ ਤਾਂ ਹੁੰਦਾ ਨੀ ਸ਼ਿਕਾਰ ਕਦੇ ਸ਼ੇਰ ਦਾ ਸੌਖਾ ਨਹੀਂ ਹੁੰਦਾ ਰਾਹ ਸਮੁੰਦਰਾਂ ਦਾ ਰੋਕਣਾ ਵਾਕਿਆ ਇੱਕ ਪਾਸੇ ਹੈਰੀ ਪਹਿਲਵਾਨ ਜਿਹੜਾ ਤਿਆਰ ਕੀਤਾ ਹੋਇਆ ਪਹਿਲਵਾਨ ਹੈ ਔਰ ਦੂਸਰੇ ਪਾਸੇ ਹਨੀਫ ਅਲੀ ਕੋਸਲ ਐਨਆਈਐਸ ਕੋਸਲ ਉਹਨਾਂ ਦਾ ਤਿਆਰ ਕੀਤਾ ਪਹਿਲਵਾਨ ਹੈ ਔਰ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਰਦਾ ਇਹਨਾਂ ਨੌਜਵਾਨਾਂ ਦਰਮਿਆਨ ਬਹੁਤ ਵਧੀਆ ਪਹਿਲਵਾਨ ਜੀ ਟੁੰਛੜੀ ਅਗਲੀ ਗੱਲ ਦੀਪਕ ਵੀਰ ਕਮਲਜੀਤ ਪਹਿਲਵਾਨ ਜੀ ਪੰਜੋ ਪੰਜੋ ਕੈਮਰੇ ਦੇ ਅੱਗੇ ਨਾ ਪੰਜਾਬ ਪਹਿਲਵਾਨ ਜੀ ਬੇਨਤੀ ਹੈ ਕੈਮਰੇ ਦੇ ਅੱਗੇ ਨਾ ਖੜੇ ਹੋਈਏ ਪੰਜਾਬ ਪਿੱਛੇ ਕੈਮਰਾ ਲੱਗਾ ਯਾਰ ਲਾਓ ਭਾਈ ਚਿਰਾਗ ਪਹਿਲਵਾਨ ਪਹੁੰਚੋ ਵੀ ਕਮਲਜੀਤ ਪਹਿਲਵਾਨ ਜੀ ਪਹੁੰਚੋ ਬਈ ਜਲਦੀ ਖਾਣਾ ਖਾਲੀ ਆ ਨੋਟ ਕਰੋ ਖਾਣਾ ਖਾਲੀ ਆ ਤੇ ਕਮਲਜੀਤ ਪਹਿਲਵਾਨ ਜੀ ਨੂੰ ਬੁਲਾ ਲਓ ਰਾਜੂ ਪਹਿਲਵਾਨ ਜੀ ਬੇਨਤੀ ਹੈ ਜੀ ਤੇ ਪ੍ਰਿੰਤਪਾਲ ਫਗਵੜ ਬਾਬੂ ਪਹਿਲਵਾਨ ਜੀ ਬੁਲਾਓ ਬੇਨਤੀ ਹੈ ਜੀ ਲਾਓ ਦਰਸ਼ਕ ਵੀਰੋ ਇੱਕ ਵਾਰ ਆਪਣੇ ਲਈ ਤਾੜੀ ਲਾ ਦੋ ਜ਼ੋਰਦਾਰ ਜਿਹੜਾ ਤੁਸੀਂ ਜਾਣੀ ਕੜੀ ਧੁੱਪ ਦੇ ਵਿੱਚ ਬੈਠ ਕੇ ਇੰਤਜ਼ਾਰ ਕਰਿਆ ਤਸੀਲ ਨੂਰਪੁਰ ਕਿੱਥੇ ਆ ਕਹਿੰਦੇ ਉਹ ਜ਼ਿਲ੍ਹੇ ਕਾਂਗੜੇ ਦੇ ਵਿੱਚ ਤੇ ਜ਼ਿਲ੍ਹਾ ਕਾਂਗੜਾ ਕਿੱਥੇ ਆ ਕਹਿੰਦੇ ਮੈਨੂੰ ਭਾਜੀ ਹਿਮਾਚਲ ਵਿੱਚ ਤੇ ਹਿਮਾਚਲ ਕਿੱਥੇ ਆ ਹਿੰਦੁਸਤਾਨ ਦੇ ਵਿੱਚ ਤੇ ਹਿੰਦੁਸਤਾਨ ਕਿੱਥੇ ਆ ਉਹ ਦੁਨੀਆ ਦੇ ਦਿਲਾਂ ਵਿੱਚ ਤੇ ਅੱਜ ਦੁਨੀਆ ਕਿੱਥੇ ਆ ਬਈ ਪਿੰਡ ਘੇਰੇ ਦੇ ਵਿੱਚ ਦੁਨੀਆ ਜੇ ਲਾ ਕੇ ਘੇਰੇ ਦੇ ਵਿੱਚ ਆਦੋ ਰਾਜੂ ਪਹਿਲਵਾਨ ਰਾਈਏ ਬਾਲ ਬਾਹਰ ਦੇ ਨੌਜਵਾਨ ਆ ਰਾਜੂ ਰਾਈਏ ਬਾਲ ਵਾਲੇ ਜਿਹੜਾ